सब्सक्राइब करें News89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। पिछली खबर में हमने आपको नगर कौंसिल के सफाई प्रबंधों के बारे में बताते हुए झंडा ग्राउंड के पास रामलीला ग्राउंड में लगे गंदगी के ढेरों की खबर दिखाई थी, जिसके बाद पुराने किले के पास भाटिया पेट्रोल पंप के पीछे रहने वाले लोगों ने News89 की टीम से संपर्क कर अपने मोहल्ले में फैली गंदगी के बारे में बताया, जिस पर News89 के पत्रकार दिनेश सचदेवा व कैमरामैन ललित कुमार ने इस एरिया का दौरा किया और देखा कि मौके पर सड़क नजर नहीं आ रही है। इस सड़क पर पानी खड़ा होने की वजह से ये तालाब जैसा बन गया है, चारों और गंदगी के ढेर लगे हैं और मच्छरों की भरमार है। इन लोगों द्वारा नगर कौंसिल में इस संबंधी कई बार गुहार लगाई गई, मगर आप सबको पता ही है कि नगर कौंसिल में भ्रष्टाचार के अलावा कुछ नहीं है। अगर भ्रष्टाचार से फुर्सत मिले तो ये इन गरीब जनता के बारे में कुछ सोचें। इस संबंधी हमारे पत्रकार दिनेश सचदेवा ने लोगों को आ रही परेशानियों के बारे में उनसे बात की, तो आप ही सुनिए ये लोग किस तरह का जीवन बिता रहे हैं। कितने रहते हो? ये अपना ओल्ड राज ਕੀ ਪ੍ਰੋਬਲਮ ਹੈ ਤੁਹਾਡੇ ਐਮਸੀ ਦਾ ਨਾਮ ਕੀ ਹੈ ਵਾਰਡ ਨੰਬਰ ਨੌ ਹੈ ਜੀ ਪੂਰਾ ਬੋਲੋ ਵਾਰਡ ਨੰਬਰ ਨੌ ਹੈ ਜੀ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਪ੍ਰੋਬਲਮ ਜੀ ਪਾਣੀ ਬੜਾ ਖੜਿਆ ਜੀ ਉਰੇ ਆਹ ਸ਼ਹਿਰ ਦੇ ਵਿੱਚ ਬਿਮਾਰੀਆਂ ਮਲੇਰੀਆ ਬਹੁਤ ਕੁਝ ਹ
ਹੋਰ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਰਹੀਆਂ ਜੀ ਉਹਨਾਂ ਤੋਂ ਛੁਟਕਾਰਾ ਪਾਵੇ ਤੇ ਉਰੇ ਗੰਦਗੀ ਬੜੀ ਆ ਜੀ 6 ਮਹੀਨੇ ਹੋ ਗਏ ਗਲੀ ਖਰਾਬ ਹੋਈ ਖੜੀ ਹੈ ਕੋਈ ਸੁਣਵਾਈ ਨਹੀਂ ਕਰਦਾ ਨਾ ਐਮਸੀ ਸੁਣਦਾ ਨਾ ਕੋਈ ਸੁਣਦਾ ਜੀ ਅਸੀਂ ਹੋ ਰਹੇ ਹਾਂ ਕੰਬੋ ਤੱਕ ਜਾਏ ਹਾਂ ਅਸੀਂ ਪਰੇਸ਼ਾਨ ਹੋ ਰਹੇ ਹਾਂ ਦੱਸ ਕਿੱਥੇ ਜਾਈਏ ਤੁਹਾਡੇ ਐਮਸੀ ਦਾ ਨਾਮ ਪੱਪੂ ਆ ਜੀ ਪੱਪੂ ਬੱਚੇ ਕਿੱਥੇ ਜਾਏ ਬੱਚੇ ਬਿਮਾਰ ਹੋ ਰਹੇ ਹੈ ਬੰਦੇ ਬਿਮਾਰ ਹੋ ਰਹੇ ਹੈ ਜਾਣੇ ਬਿਮਾਰ ਹੋ ਰਹੀਆਂ ਕਿੱਥੇ ਤੱਕ ਡਾਕਟਰਾਂ ਨੂੰ ਭਰਾਂਗੇ ਪੈਸੇ ਜਿਹੜੇ ਤਾਜ਼ਾ ਕਮਾਵਾਂਗੇ ਤਾਜ਼ਾ ਖਾਣ ਵਾਲੇ ਬੰਦੇ ਡਾਕਟਰ ਨੂੰ ਕਿੱਥੇ ਤੱਕ ਪੂਰਾ ਕਰਾਂਗੇ ਸਰ ਇਹ 2 ਮਹੀਨੇ ਹੋ ਗਏ ਇਸ ਨੂੰ ਰੱਖਿਆ ਪਿਆ ਕੋਈ ਨਾ ਚਲਾਉਂਦੇ ਇਸ ਨੂੰ ਨਾ ਕੁਛ ਕਰ ਰਹੇ ਆਉਂਦੇ ਆ 10 ਮਿੰਟ ਚਾਹ ਪੀ ਕੇ ਭੱਜ ਜਾਂਦੇ ਆ ਇੰਨਾ ਬੁਰਾ ਹਾਲ ਔਰ ਮੱਛਰਾਂ ਦੇ ਬਹੁਤ ਬੁਰਾ ਹਾਲ ਆ ਗੰਦਗੀ ਦੇ ਇੰਨਾ ਬੁਰਾ ਤੇ ਰਸਤੇ ਬੰਦ ਹੋਏ ਪਿਆ ਸਾਡਾ ਲਿਖਣਾ ਉੱਕਣਾ ਬੱਚੇ ਸਾਡੇ ਸਾਰੇ ਬਿਮਾਰ ਹੈ ਹਾਂ ਰੋਜ਼ ਦਵਾਈ ਲਿਆ ਰਹੇ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਸੁਣਵਾਈ ਨਹੀਂ ਹੈ ਨਾ ਐਮਸੀ ਹੈ ਨਾ ਐਮਐਲਏ ਹੈ ਕੋਈ ਨਹੀਂ ਸੁਣਵਾਈ ਕਰਦੇ ਉਹਨਾਂ ਕੋਲੇ 20-50 ਬੰਦੇ ਗਏ ਕਿਤੇ ਉਹ ਕਹਿੰਦੇ ਹਾਂਜੀ ਹਾਂਜੀ ਕਰ ਰਹੇ ਹਾਂ ਕੋਈ ਸੁਣਵਾਈ ਨਹੀਂ ਅਬ ਕਿੱਥੇ ਦੱਸੋ ਕੀ ਕਰੀਏ ਅਸੀਂ ਹੁਣ ਇਹ ਹਾਲਾਤ ਹੋਏ ਆ ਤੇ ਬੱਚੇ ਤੱਕ ਸਾਡੇ ਬਿਮਾਰ ਪਏ ਆ ਬਿਲਕੁਲ ਇਸ ਟਾਈਮ हमारे पत्रकार ने जब इस संबंधी वार्ड नंबर 26 के पार्षद संजीव बंसल से बात की तो उन्होंने खुद माना कि यह समस्या 1.5-2 महीने से लगातार खड़ी है उन्होंने कहा कि इसका जल्द ही हल निकाल दिया जाएगा सर अपना नाम संजीव बंसल ते तुसी केड़े वार्ड दे एमसी है वार्ड नंबर 26 सर उन्हें एक बस्ती है उथे काफी पानी खड़ा है जिहड़ी इह तुसी गल कर रहे हो किले दे पिछे दी मेरे ख्याल हां जी ਅਸੀਂ ਇਹ ਸਮੱਸਿਆ 1.5-2 ਮਹੀਨੇ ਤੋਂ ਬਣੀ ਹੋਈ ਹੈਗੀ ਆ ਉੱਥੇ ਕਿਉਂਕਿ ਮੇਨ ਜਿਹੜੀ ਸੀਵਰੇਜ ਲਾਈਨ ਹੈਗੀ ਹੈ ਪੁਲ ਦੇ ਥੱਲੇ ਮੇਨ ਲਾਈਨ ਉਹ ਚੋਕ ਹੋਈ ਵੀ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਲੱਗੇ ਰਹਿੰਦੇ ਹਾਂ JCB ਚਲਾ ਕੇ ਖੱਡਾ ਮਾਰ ਕੇ ਵੀ ਪਾਣੀ ਕਢਾਇਆ ਇੰਜਨ ਵੀ ਲਗਾਈ ਹੋਈ ਹੈ ਮੋਟਰ ਵੀ ਲਾਈ ਹੋਈ ਹੈ ਲੇਕਿਨ ਫਿਰ ਵੀ ਉੱਥੇ ਸਮੱਸਿਆ ਬਣੀ ਹੋਈ ਹੈ ਇਸ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਅਤੇ ਕੱਲ੍ਹ ਵੀ ਮੈਂ EO ਸਾਹਿਬ ਨੂੰ ਨਾਲ ਲੈ ਕੇ ਮੌਕਾ ਦਿਖਾ ਕੇ ਲਿਆ ਸੀਗਾ ਉਹਨਾਂ ਨੇ ਸਾਨੂੰ ਐਸ਼ੋਰੈਂਸ ਦਿੱਤੀ ਹੈ ਵੀ ਇਹਦਾ ਹੱਲ ਜਲਦ ਤੋਂ ਜਲਦ ਕਰ ਦਿੱਤਾ ਜਾਵੇ ਅਸੀਂ ਇਸ ਵਾਰੀ ਪਿਛਲੀ ਮੀਟਿੰਗ 'ਚ ਵੈਸੇ ਉਹਦਾ ਐਸਟੀਮੇਟ 6,54,000 ਦਾ ਉਹ ਲਾਈਨ ਨਵੀਂ ਪਾਉਣ ਵਾਸਤੇ ਉਹਦਾ ਐਸਟੀਮੇਟ ਬਣਾ ਕੇ ਹਾਊਸ 'ਚ ਪਾਸ ਕਰਤਾ ਇਹਦਾ ਅਤੇ ਇਹਦਾ ਹੱਲ ਜਲਦੀ ਤੋਂ ਜਲਦੀ ਹੋ ਜਾਊਗਾ ਰਾਜਪੁਰਾ ਸੇ ਕੈਮਰਾਮੈਨ ਲਲਿਤ ਕੁਮਾਰ ਕੇ ਸਾਥ ਮੀਡੀਆ ਪਰਸਨ ਦਿਨੇਸ਼ ਸਚਦੇਵਾ ਨਿਊਜ਼ 89 सब्सक्राइब करें न्यूज़ 89 चैनल को और बेल आइकन दबाना ना भूलें सबसे तेज सबसे पहले खबरें देखने के लिए धन्यवाद